ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਆਪ ਦੇ ਉਮੀਦਵਾਰ ਨੂੰ ਵੱਡੀ ਲੀਡ ਦੇ ਵਿੱਚ ਹਰਾ ਕੇ ਸੀਟ ਤੇ ਕਬਜ਼ਾ ਕੀਤਾ ਗਿਆ ਹੈ। ਇਸ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਖੁਸ਼ੀ ਮਨਾਈ ਗਈ ਹੈ ਤੇ ਲੱਡੂ ਵੰਡੇ ਗਏ। ਸਭ ਤੋਂ ਪਹਿਲਾਂ ਮੈਂ ਜਥੇਦਾਰ ਬਲਦੇਵ ਸਿੰਘ ਵਿਣਗ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਜਿੱਤ ਹੈ, ਕਿਉਂਕਿ ਜਿਹੜੀ ਸਾਡੀ ਲੜਾਈ ਹੈ ਪੰਜਾਬ ਵਰਸਿਜ ਦਿੱਲੀ ਹੈ, ਪੰਜਾਬ ਦੇ ਲੋਕਾਂ ਨੇ ਇਹ ਗੱਲ ਮਹਿਸੂਸ ਕੀਤੀ ਹੈ ਕਿ ਪੰਜਾਬ ਦੇ ਨਾਲ ਹਰ ਇੱਕ ਗੱਲ ਵਿੱਚ, ਹਰ ਇੱਕ ਵਿਸ਼ੇ 'ਤੇ ਧੱਕਾ ਹੋ ਰਿਹਾ ਹੈ, ਅਤੇ ਧੱਕੇ ਨੂੰ ਰੋਕਣ ਲਈ ਕੇਵਲ ਅਤੇ ਕੇਵਲ ਸਿਮਰਨਜੀਤ ਸਿੰਘ ਮਾਨ ਇੱਕ ਐਸੇ ਆਗੂ ਨੇ ਜੋ ਬੇਦਾਗ ਨੇ, ਨਾ ਅੱਕੇ ਹੈ, ਨਾ ਥੱਕੇ ਹੈ, ਨਾ ਵਿਕੇ ਹੈ, ਨਾ ਝੁਕੇ ਹੈ। ਆਪਦੀ ਗੱਲ ਨੂੰ ਲੈ ਕੇ, ਕੌਮ ਦੀ ਗੱਲ ਨੂੰ ਲੈ ਕੇ ਉਹ ਸੰਜੀਦਾ ਦ੍ਰਿੜ ਹੈ। ਔਰ ਸੰਗਰੂਰ ਦੇ ਲੋਕਾਂ ਨੇ ਬਾਈ ਦੀਪ ਸਿੱਧੂ ਜੋ ਸਾਡੇ ਕੌਮੀ ਸ਼ਹੀਦ ਨੇ, ਸਿੱਧੂ ਮੂਸੇਵਾਲਾ ਜੀ, ਅਤੇ ਅੰਬੀਆਂ ਦਾ ਜਿਹੜਾ ਕਤਲ ਹੋਇਆ, ਨੌਜਵਾਨ ਵਰਗ ਨੇ ਇਹ ਮਹਿਸੂਸ ਕੀਤਾ ਵੀ ਜਿਹੜੇ ਇਹ ਕਤਲ ਹੋਏ ਨੇ ਇਹ ਸਰਕਾਰ ਦੇ ਪਲੈਨਡ ਕਤਲ ਨੇ, ਜਿਹਨੂੰ ਡੀਪ ਗੌਰਮੈਂਟ ਕਿਹਾ ਜਾਂਦਾ, ਇਹ ਉਹਨਾਂ ਦੀਆਂ ਸਾਜ਼ਿਸ਼ਾਂ ਕਰਕੇ ਕਤਲ ਹੋਏ ਹੈ। ਔਰ ਲੋਕਾਂ ਨੇ ਰੋਸ ਵਜੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਤਿ ਸਿਮਰਜੀਤ ਸਿੰਘ ਮਾਨ ਜੀ ਨੂੰ ਇਹ ਇੱਕ ਯੋਗ ਉਮੀਦਵਾਰ ਹੋਣ ਦੇ ਨਾਤੇ ਫਤਿਹ ਬਖਸ਼ਿਸ਼ ਕੀਤੀ। ਸੋ ਸਾਰੇ ਸੰਗਰੂਰ ਵਾਸੀ ਅਤੇ ਪੰਜਾਬ ਵਾਸੀਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਸਰ ਮਾਨ ਨੂੰ ਵੀ ਵਧਾਈ ਦਿੰਦਾ ਕਿ ਇਸੇ ਤਰ੍ਹਾਂ ਕੌਮ ਦੀ ਚੜ੍ਹਦੀ ਕਲਾ ਲਈ ਅਤੇ ਪੰਥ ਦੀ ਜਿਹੜੀ ਸੇਵਾ ਹੈ ਉਹਦੇ ਵਿੱਚ ਉਹ ਤਤਪਰ ਰਹਿਣ। ਅਤੇ ਸਤਿਗੁਰੂ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਅਤੇ ਬਲਬੁੱਧੀ ਬਖਸ਼ਿਸ਼ ਕਰਨ, ਤਾਂ ਕਿ ਉਹ ਕੌਮ ਦੀ ਵੱਧ ਚੜ੍ਹ ਕੇ ਸੇਵਾ ਕਰ ਸਕਣ। ਇਹਨਾਂ ਗੱਲਾਂ ਨਾਲ ਹੀ ਮੈਂ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਲੱਡੂ ਵੰਡੇ, ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਖੁਸ਼ੀ ਹੈ ਕਿ ਸਾਡਾ ਸਿਮਰਜੀਤ ਸਿੰਘ ਮਾਨ ਜੋ ਕੌਮ ਦੀ ਸੇਵਾ ਕਰਦਾ ਉਹ ਵੱਧ ਚੜ੍ਹ ਕੇ ਆਪਣੀਆਂ ਵੋਟਾਂ ਨਾਲ ਜਿੱਤ ਗਿਆ। ਸਾਨੂੰ ਬਹੁਤ ਬਹੁਤ ਖੁਸ਼ੀ ਹੈ। ਸੰਗਰੂਰ ਵਾਸੀਆਂ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਜਾਂਦਾ। ਇਹ ਪੰਜਾਬ ਦੀ ਜਿੱਤ ਹੈ, ਦਿੱਲੀ ਦੀ ਹਾਰ ਹੈ। ਕਾਰਨ ਬਣਦੇ ਜੀ, ਇਹ ਸਿੱਖ ਕੌਮ ਨੂੰ ਕੁਚਲ ਰਹੇ ਆ। ਪਹਿਲਾਂ ਇਹਨੇ ਦੀਪ ਸਿੱਧੂ ਦੀ ਹੱਤਿਆ ਕੀਤੀ, ਫਿਰ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਕੀਤੀ, ਫਿਰ ਹੁਣ ਸਿੱਧੂ ਮੂਸੇਵਾਲ ਦੀ ਹੱਤਿਆ ਕੀਤੀ, ਜਿਹਨੇ ਐਸ ਵਾਈ ਐਲ ਨਹਿਰ 'ਤੇ ਇਹ ਗੀਤ ਕੱਢਿਆ ਸੀ, ਹੁਣ ਉਹ ਗੀਤ ਵੀ ਬੈਨ ਕਰ ਦਿੱਤਾ। ਸੋ ਪੰਜਾਬ ਵਾਸੀਆਂ ਨੇ ਇਸ ਰੋਸ ਵਜੋਂ ਮਾਨ ਨੂੰ ਜਿੱਤਿਆ, ਕਿਉਂਕਿ ਸਿੱਖ ਕੌਮ ਨੂੰ ਕੁਚਲ ਰਹੇ ਆ। ਸਿੱਖ ਕੌਮ ਦਾ ਇੱਕੋ ਇੱਕ ਨੇਤਾ ਜਿਹੜਾ ਸਿੱਖ ਕੌਮ ਲਈ ਲੜਦਾ। ਮੈਂ ਵਾਹਿਗੁਰੂ ਅਰਦਾਸ ਕਰਦਾ ਕਿ ਮਾਨ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਮਾਨ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦਾ ਰਹੇ। ਉਹਦੀ ਗੱਲ ਜੇਕਰ ਜੈਤੋ ਦੀ ਕੀਤੀ ਜਾਏ ਤਾਂ ਜੈਤੋ ਦੇ ਵਿੱਚ ਵੀ ਪਟਾਕੇ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਬਾਜਾਖਾਨਾ ਨਗਰ ਨਿਵਾਸੀਆਂ ਵੱਲੋਂ ਸੰਗਰੂਰ ਦੀ ਜੋ ਐਮ ਪੀ ਦੀ ਸੀਟ 'ਤੇ ਇਲੈਕਸ਼ਨ ਹੋ ਰਿਹਾ ਸੀ ਉਹਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਆਪਣੀ ਜਿੱਤ ਵੱਲ ਵੱਧ ਕੇ ਦੂਜਿਆਂ ਨੂੰ ਹਰਾ ਕੇ ਆਪਣੀ ਸਫਲਤਾ ਪੂਰਕ ਜਿੱਤ ਕਰ ਚੁੱਕਿਆ ਹੈ। ਅਸੀਂ ਸਿਮਰਜੀਤ ਸਿੰਘ ਮਾਨ ਦੀ ਜਿੱਤ ਦੇ ਵਿੱਚ ਬਾਜਾਖਾਨਾ ਨਿਵਾਸੀ ਖੁਸ਼ੀ ਨੂੰ ਉਜਾਹਰ ਕਰਦੇ ਹੋਏ ਅੱਜ ਸੰਗਤਾਂ ਦੇ ਵਿੱਚ ਲੱਡੂ ਵੰਡ ਰਹੇ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਬੋਲੇ ਜੋ ਰਿਹਾ ਬਾਜਾਖਾਨਾ ਦੇ ਵਾਸੀਆਂ ਵੱਲੋਂ, ਨੌਜਵਾਨਾਂ ਵੱਲੋਂ ਸਰਦਾਰ ਸਿਮਰਜੀਤ ਮਾਨ ਨੂੰ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਬਹੁਤ ਬਹੁਤ ਵਧਾਈਆਂ, ਲੱਖ ਲੱਖ ਮੁਬਾਰਕਾਂ। ਉਹਨਾਂ ਦੀ ਵੀਚ ਜੋ ਲੱਡੂ ਵੰਡੇ ਜਾ ਰਹੇ ਹੈ, ਸਮੂਹ ਸੰਗਤ ਦੇ ਸਹਿਯੋਗ ਨਾਲ ਉਹਨਾਂ ਦੀ ਜਿੱਤ ਨੂੰ ਖੁਸ਼ੀ ਜ਼ਾਹਰ ਕਰਦੇ ਹੋਏ ਵਧਾਈ ਦੇ ਪਾਤਰ ਵਧਾਈਆਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਪਿੰਡ ਝਨੇਰ ਵਿਖੇ ਸਿਮਰਜੀਤ ਸਿੰਘ ਮਾਨ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਲੱਡੂ ਵੰਡੇ ਗਏ ਤੇ ਭੰਗੜਾ ਪਾ ਕੇ ਲੋਕਾਂ ਦਾ ਪਿਆਰ ਕਬੂਲਿਆ ਗਿਆ। ਅੱਜ ਦੀ ਜੋ ਜਿੱਤ ਹੋਈ ਹੈ, ਕਿਵੇਂ ਦੇਖਦੇ ਹੋ ਇਸ ਨੂੰ? ਇਹ ਜਿੱਤ ਪੰਜਾਬ ਦੀ ਜਿੱਤ ਹੋਈ ਆ ਜੀ। ਅੱਜ ਦਿੱਲੀ ਹਾਰੀ ਆ, ਪੰਜਾਬ ਦੇ ਵਿੱਚ ਸਿੱਧਾ ਕੁਝ ਭੈਂਟ ਕਰ ਗਈ ਸੀ ਦਿੱਲੀ। ਪੰਜਾਬ ਦੇ ਅਣਖੀ ਲੋਕਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਮਤਦਾਨ ਦੇ ਕੇ ਦਿੱਲੀ ਦੀ ਪਾਰਲੀਮੈਂਟ 'ਚ ਭੇਜਿਆ।
क्योंकि पंजाब की होंद की गल है, पंजाब की नौजवानी की गल है, पंजाब की किसानी की गल है, पंजाब के हर उस मसले की गल है जिदे पंजाब नूं तकलीफां पहुंचियां ने, ये सारिया गलां उत्ते पहुंचणगियां। असीं विशेष तौर पर धन्नवाद करते हैं चेयरमैन साढ़े डॉक्टर जगतार सिंह जी जग्गी साहब जी का, जिन्होंने अपने नगर चो बहुत वो वोटा पा के मान साहब न पार्लीमेंट भेजण विच अपना रोल अदा किया। मैं बहुत बहुत धन्यवाद करदा। आम आदमी पार्टी की कार्यकारी किवें देखदे हो तुसीं? आम आदमी पार्टी ने जी झूठ बोलिया, सलावे की पार्टी है, वो गल्लां बड़ियां करदे आ ते उन्हां जो लोकां दे हक चुके ने जी लोग, क्योंकि जो पंजाब दे विच उन्हां ने वादे किए सी उह पूरे नहीं होए। सो साडे तां राजसभा दे मैंबरां नूं नहीं कोई जाणदा जिहड़े आम आदमी पार्टी ने दिल्ली भेजे ने। आ इक अणखी बंदा भेजिआ, हुण सारे पिंड ने चुण के भेजिआ जिहड़ा दिल्ली 'च गल करूगा। मैं डॉक्टर साहब नूं धन्नवादी करूंगा, इन्हां दे भी गल करांगे। डॉक्टर साहब, जित होई है सिमरजीत सिंह मान दी, किवें देखदे हो? पंथक जित है जी, जो लोगों के मन के बबूते सी, पंथक घटनावां वापरदियां सी और काफ़ी तकरीबन ये मान लो भी लोगों की यह बेबसी भी असी पंथ नूं बचाउणा है। लगता है भी सिमरजीत सिंह मान ने जो पंजाब के मुद्दे ने गे पार्लीमेंट के उठाउणगे जी? देखो जी, लोगों ने फतवा देता, अगे मान साहब की जिम्मेवारी बनती है, तो सानू कुछ यकीन भी है भी वह मुद्दे उठाउणगे। उते श्री मुक्तसर साहब के नज़दीकी पिंड वड़िंग विखे संगरूर लोग सभा हल्के तो श्रोमणी अकाली दल अमृतसर के उम्मीदवार सिमरनजीत सिंह मान की जित की खुशी के लड्डू वंड के खुशी का प्रगटावा किया गया। इस लड़ाई में तो मैं ये कहना कि दिल्ली तो पंजाब की लड़ाई सी जी, क्योंकि एक पास स्टेट दारिया ताकत लगी हुई सी, चाहे BJP चाहे कांग्रेस तो मौजूदा सत्ता धिर आम आदमी पार्टी अड्डी चुट्टी का जोर लगा हुआ सी, पर उन्होंने वड्डा जोर लाने के बावजूद भी मान साहब जो है इलैक्शन 8-10 हज़ार के करीब जी लीड देना चाहते आते हैं। उनका एको कारण है कि पंजाब के गल के डमरू पाता से जो बदलाव वाला ढो वो लोग गल पे डमरू बजाई जाते थे, तो लोगों हम जो पता लग्या भी ये तो साढ़े गल खा पाया गया भी ये बदलाव नहीं, असल पंजाब में बदल की लड़ा है, तो जिंदा बदल पंजाब के मसलों का हल तो सिख कौम के मसलों का हल सरदार मान साहब आ। सो पंजाब के लोगों ने 3 महीने चली सरकार ये फतवा दिता कि तुम पंजाब के हकों पर काम नहीं कर सकते, सरदार मान ही आ जोड़े पंजाब के कौम के हकों की गल कर सकते हैं तो उही मसले हल कर सकते हैं, क्योंकि बाई दीप ने भी हाथ से झाड़ू तो शीशा फड़ के फैसला दिता सी कि लोगों तुहाडे हकों की गल जी एक धिर कर सकती है, जिमें कि भगवंत मान ने भी बाद गल कहती कि सिमरजीत मान तो तलवार चक्की फिरदा, तलवार दे हुण मतलब समझ नहीं हुण, तो कृपाण तो कृपा करती हुंदी है, तलवार दुष्टां हाथ 'च हुंदी आ। सो अज कृपा दे लई जिहड़ी कृपाण उठी आ वो आने वाले समय के 1.5 साल का समा वो तय करेगी पंजाब के भविख में, तो पंथक सियासत में कि आने वाले समय के पंजाब की रणनीति जी बहुत व्डे फेर बदल के नाल अगे आऊगी, तो पंथक सियासत जी मुड़ तो नवे सिरों जी शुरू जी। एक विखे गया एक बार अकाली दल में फिर पिछले जाना पाया, विधानसभा में भी काफ़ी पिछले सीटा रहा, एस टी कमेटी में भी चौथे नंबर पर रहे, कि लगता कि आने वाले समय के अकाली दल का की ग्राफ रहेगा? ग्राफ बई देखो, इन्होंने पहले सुखबीर के प्यो ने भी पंथ के जोड़ा नाल धरो कमाया समय से, तो अच्छ सुखबीर का समा सगा, पहला तो इन्होंने आपके सत्ताधारी जो सके वो धाबंदी सिखा की रिहाई की गल करने वाले इन्होंने तशद्दुद किए, तो उल्टा जेलों ही सुटिया। अज जो सरकार नहीं रही, सीटा भी एक दो रह गई, उस तो बाद पंथ की दुहाई पाउन लग गए, बंदी सिंह की दुहाई पाउन लग गए, बंदी सिंह की दुहाई पाए कहते इन्हों का वास्ता तुम मान साहब बैठ के साड़ी सपोर्ट के आ जाओ तो पंथ साढ़े नाल खड़ जाए, ये कदे नहीं हो सकता कि पंजाब के लोग 2-4 साल बाद गल भुल जाए, क्योंकि सारे ने पिंडे ते हंडाइया हुई, असं आप इन्हों का तहदा झल्या होया, चाहे वह बेदबी हो चाहे बंदी सिंह की रही की गल होना ने साढ़े नजायज परचे पा के सू जेल सीटिया कि कौम वो गल भुल जूगी। सो अज नजायज झूठिया जी गल पता करके पंथ के गल पैना चाहते थे, पर पंथ ने अज फतवा देता कि पंथक अकाली दल जो है वो श्रोमणी अकाली दल मान जो सरदार मान साहब की पार्टी अगवाई मान साहब कर रहे हैं उही पंथक हकों की गल कर सकते, बादल दल जो है वो एक लिमिटेड पार्टी जिन्हों की शिवसेना के संधि रही है उन्होंने पंजाबी पार्टी हैगी है, तो उन्होंने पंजाबी पार्टी जो हैगी पंजाब के हकों की गल करेगी, पर पंथक हकों की गल ना की है, तो वो सियासत जिनी मर्जी पंथक हकों की गल कर लैन, देखो लोगों ने फतवा दिता भी 25-30 हज़ार वोट रहेगी। सो ये तय कर दी है कि आने वाले समय से बादलों का जो भोग पै चुका है। बाई दीप ने कहा कि जिन्ना चिर नौजवान गायक आ चाहे कोई एक्टर आपके रुजगार के लिए कामों च लगा आ तो उन्होंने कोई कुछ नहीं कहूगा, जो तुम हकों की गल करोगे तो परचे भी पैणगे, हमले भी होणगे, तो सीधे रूप के जेलों जा भेजा जाऊगा, सीधा हमला करके तुम्हें मारा जाऊगा।
सो अज हल हो गया कि बई दीप दीप की कहने के मुताबिक सिद्धू मूसेवाला जिहड़ा इन्हां दे हमले का शिकार होया पहले तो उन्होंने खत्म करता गया। उस तो बाद जो उन्हें गाने के हकों की गल हुई सैकड़े गीत सुने नहीं कदे सैकड़े गीत जो उन्हें गाए है पर इस गीत जो उन्हें पंजाब के हकों की गल की है तो देखो एक पासा करता जो उन्हें क्योंकि खास उन्हें कहा भी क्यों पगा ना खेंदा फिरदा टोपी वालिया जो अजिहे गल् हुई तो यह सुभाविक गल सी कि बैन होना यह गाँव बैन होने के नाल मैनू लगता भी साढ़े जो नौजवान गीतों सुनते हैं उन्होंने पता लगू कि गाने मनोरंजन के लिए नहीं होंगे गाने जोड़े होंगे गीतकार जोड़े होंगे गायक होंगे वो पंजाब या कौम आपदी आपके लोगों आपके संघर्ष प्रति या आपके भविख प्रति सुचेत करने वास्ते होंगे पर साडे लोग उन्होंने मनोरंजन का साधन समझते रहे अज ये गल तय हो गई है लोगों के रोस का जोड़ा वो होर वधूगा क्योंकि गाने की जेकर हाँ सरकार की बुखलाट की निशानी है कि वो सरकार इतों जिमें बीबी प्रोफेसर जी बलजिंदर कौल उन्होंने भी कहता कि असं जो गाँव बैन होना चाहिए असं अपील करते हैं सो उनके कहने तो थोड़ा टाइम बाद ही गाँव जेकर अब बैन हों साफ सिद्ध हों के झाड़ू वाले जो बुखला चुके अब बहुत खुशी का दिन पंथ वास्ते क्योंकि काफ़ी लंबे समय बाद कौम के जरनैल मनुखी हकों की गल करने वाले सरदार सिमरजीत सिंह मान नूं अज संगरूर दे लोकां ने उहदे विच सिख भाईचारा हिंदू भाईचारा ईसाई भाईचारा मुसलमान भाईचारा सारे ने विश्वास करके सरदार सिमरजीत सिंह मान नूं अज मैंबर ऑफ पार्लीमेंट बनाया असीं सारे ही संगरूर निवासियों का धन्यवाद करते हाँ अते उहनां नूं विश्वास दिवाउने कि सरदार सिमरजीत सिंह मान हमेशा ही धक्केशाही के खिलाफ आवाज़ बुलंद करते रहे चाहे वह कश्मीरियों से धक्केशाही होंगी हो चाहे ईसाइयों से चाहे सिखा से कितने भी अत्याचार होंदा वो मनुखता की खातर खड़ते रहे आज तुसी उन्होंने एक पावर दिती है मैंबर ऑफ पार्लीमेंट बनाया तो वो तुहाडी आवाज़ अगे नालों भी डट के बुलंद करनगे असी समुचे ही पंजाब के एन आर वीर ने जिन्ह ने भी वख-वख जथेबंदियों ने सरदार सिमरजीत सिंह मान की जित विच रोल अदा किया चाहे मीडिया सारा का धन्यवाद करते हैं सारों बधाइया दें जी। ये लड़ाई पंजाब की दिल्ली की सी तो पंजाब की जित हुई है ये सिख पंथ की जित हुई है जिहड़ी अज सीगी मतलब कि मान साहब जिते है तो पूरे पंजाब के लोग जिथे भी देशों विदेशों के पंजाबी वसते आ बड़ी खुशी की लहर आ कि मान साहब संसद के जाएंगे और जिहड़े पंजाब के मुद्दे है वह मुद्दों की गल करनगे मान साहब बड़ा जोर लाया दूजिया पार्टियां वालों कि इन्हों की आवाज़ में दबाया जाए या कहीं तो पंजाब की आवाज़ में दबाया जाए जी पर कित ना कि सबनों लताड़ते अच्छ उन्होंने एक मिसाल पेश कर दी जी 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 देखो मैं पहले कह चुका भी लड़ाई पंजाब की तो दिल्ली की लड़ाई सी और सानू बड़ी खुशी है कि मान साहब पंजाब के पानिया के मुद्दों की गल करे मान साहब घट गिनती की गल करे मान साहब जेडे पंजाबी बोलता इलाका वो गल करे तो मान साहब नू जो असी मिले तो मान साहब नू यही आख्या कि मान साहब असी जदोजहद कर रही है कौम तो परमात्मा की अरदास कर दे कि तुसी अज कि जितो कौम तुहानू जितावे तो तुसी जिहड़े पंजाब दे मुद्दे है जिवें गुरु ग्रंथ साहिब दी बेअदबी दा मुद्दा वो तुसी संसद दे विच जाके उठाओ इस तरह पिछे सिद्धू मूसेवाले का जिहड़ा मतलब कि कतल होया उहदे ते दिन दिहाड़े हमला होया और इस तरह एक कबड्डी खिडारी की मौत होंदी है पंजाब दे जिहड़े नौजवानी मतलब कि इत्थे जिहड़े पंजाब गुंडा राज बनिया होया उहनां तों फरौतियां लईयां जा रही मतलब कि मावां दे पुत मर रहे मान साहब ने भी आख्या कि संसद दे विच जाके तुसी सिद्धू मूसेवाला पंजाबी खिडारी होर भी नौजवान जिहड़े अज इत्थे बहुत ज़्यादा मतलब कि गुंडा राज आ उह नौजवानां नूं मतलब कि कतलोकार हो रही है तो मान साहब ने विश्वास दवाया कि असी मैं संसद दे जाके पाणियां दे मुद्दे और जिहड़ी नौजवानी दी गल है जिहड़े बेकसूर नौजवानों नूं दिन दिहाड़े गोलियां मार के कतल किया जा रहा मैं संसद दे विच मुद्दे उठाऊंगा। एक बहुत वड्डी गल उन्होंने अज इंटरव्यू दौरान कही कि मेरी जित दे पिछे नौजवानों की सोच ने काम किया तुसीं मानदे हो कि अज दी नौजवानी पीढ़ी जिहड़ी है वो भी पंजाब दे भले लई सोचण लई गंभीर हो चुकी है ये जिहड़ी जित है जी ये जित दे विच जिहड़ी नौजवानी दा यूथ दा बहुत वड्डा रोल है ये नौजवानी की जित आ ये सिख पंथ की जित है ये पूरे पंजाब की जित आ नौजवानी का बहुत वड्डा रोल सी ये जित दे विच। गल जेकर मंडी अरनीवाला की कीती जाए तो मंडी अरनीवाला दे विच वी सिमरजीत सिंह मान दी जित दी खुशी दा लड्डू वंड के प्रगटावा कीता गया। पंजाब वासियां नू देश वासियां नू सार सिमरनजीत सिंह मान उन्हां दी जित दी खुशी च असी संत बापू तारा सिंह जी खुश दिल उन्हां दे चरण छो प्राप्त अरनीवाला गुरद्वारा साहब असी सारी साध संगत इलाके दी साडे जिला प्रधान सारे दर्जा बदर्जा आगू नतमस्तक हूँ आए हाँ कित भी थोड़ा पैसा नहीं चलूगा मेरे सारे इलाका निवासियों को फाजिलका अपील है कि आके एक बार श्रोमणी अकाली दल अमृतसर वालों को कम तो दसो जो थोड़े की जान ना कुर्बान कर आ जोड़ा चिट्टा है ये हूँ आप दे आगू कुड़ियां लैके तुरे फिरते हैं भरा वो तो सारे पता
ਅਤੇ ਅਗਲੇ ਇਹਨਾਂ 15 ਦਿਨਾਂ 'ਚ ਇਹ ਜਿਹੜੇ ਆਪਦੇ ਆਗੂ ਚਿੱਟਾ ਵੇਚ ਰਹੇ ਨੇ ਨਾ, ਅਤੇ ਜਿਵੇਂ ਇਹਨਾਂ ਅਕਾਲੀਆਂ ਕਾਂਗਰਸੀਆਂ ਨੇ ਫੜਾਇਆ ਸੀ ਉਹਦਾ ਬਚ ਗਏ, ਅਤੇ ਆਪ ਵਾਲਿਆਂ ਨੂੰ ਖਿੱਚ ਕੇ ਜਿਹੜਾ ਹੈਗਾ ਕਚਹਿਰੀ ਲੋਕਾਂ ਦੇ ਵਿੱਚ ਲਿਆਂਦਾ ਜਾਊਗਾ। ਪਲੀਜ਼ ਕਾਰਵਾਈ ਆਪਦੀ ਕਰੇ ਤਾਂ ਉਹਦਾ ਧੰਨਵਾਦ। ਸੀ ਆਈ ਡੀ ਵਾਲਿਆਂ ਨੂੰ ਵੀ ਉਹਨਾਂ ਦੇ ਨੰਬਰ ਦੇ ਦਿਆਂਗੇ, ਪਰ ਅਸੀਂ ਆਪਦੀ ਜਵਾਨੀ ਹੁਣ ਚਿੱਟੇ 'ਚ ਨਹੀਂ ਜਾਣਾ, ਕਿਉਂਕਿ ਅਸੀਂ ਜਿਵੇਂ ਸੁੱਤੇ ਰਹੇ ਤਾਂ ਸਾਡਾ ਸਾਰਾ ਕੁਛ ਹੀ ਬਰਬਾਦ ਹੋ ਜਾਊਗਾ। ਪੁਲਿਸ ਪ੍ਰਸ਼ਾਸਨ ਦਾ ਅਸੀਂ ਸਾਥ ਦਿਆਂਗੇ, ਸਿਵਲ ਪ੍ਰਸ਼ਾਸਨ ਦਾ ਸਾਥ ਦਿਆਂਗੇ, ਨਾ ਤਾਂ ਲੋਕਾਂ ਦੀ ਰਿਸ਼ਵਤ ਦਾ ਪੈਸਾ ਲੱਗੂਗਾ, ਇਮਾਨਦਾਰੀ ਨਾਲ ਕੰਮ ਹੋਊਗਾ ਔਰ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਹੋਊਗਾ, ਪੰਜਾਬੀਆਂ ਦੀ ਚੜ੍ਹਦੀ ਕਲਾ ਲਈ ਕੰਮ ਹੋਊਗਾ। ਔਰ ਆਹ ਜਿਹੜੇ ਰਾਜੇ ਬੜਿੰਗ ਬੜੁੰਗ ਹਰੀ ਨੇ ਇਹਨਾਂ ਸਾਰਿਆਂ ਫਸ ਜਾਣਾ, ਔਰ ਬਾਦਲਾਂ ਦਾ ਉਹ ਹਾਲ ਹੈ ਕਿ ਬੁਢਾਪੇ 'ਚ ਸਿਮਰਨਜੀਤ ਮਾਨ ਤਾਂ ਆਨੰਦ ਲੈ ਰਿਹਾ ਅਤੇ ਬਾਦਲ ਅਤੇ ਕੈਪਟਨ ਨੂੰ ਕਹਿ ਦਿਓ ਕਿ ਹੁਣ ਪੈਸਾ ਉੱਤੇ ਰੱਖ ਕੇ ਮਰ ਜਾਣ, ਉਹਨਾਂ ਨੂੰ ਉਮੀਦ ਨਹੀਂ ਰਾਤ ਨੂੰ ਆਉਂਦੀ। ਸੋ ਇਮਾਨਦਾਰੀ ਨਾਲ ਕੰਮ ਕਰਨਾ ਹੈ ਅਤੇ ਜ਼ਿੰਦਗੀ ਇਮਾਨਦਾਰੀ ਦੀ ਹੈ, ਜ਼ਿੰਦਗੀ ਬੇਈਮਾਨੀ ਦੀ ਨਹੀਂ ਹੈਗੀ। ਬਾਦਲੋ ਸਮਝੋ, ਔਰ ਰਾਜਾ ਬੜਿੰਗ ਤੂੰ ਜਿਹੜੀਆਂ ਜਾਤੀਆਂ ਚਲਾਕੀਆਂ ਉੱਧਰ ਕਰਦਾ ਫਿਰ ਰਹਿਣਾ, ਕਿਤੇ ਇੱਧਰ ਆਈ ਜਲਾਲਾਬਾਦ ਅਤੇ ਤੈਨੂੰ ਦੱਸਾਂਗੇ ਵੀ ਕੀ ਪਰ ਭੁੱਲ ਗਈ, ਐਵੇਂ ਤੂੰ ਜ਼ਿਆਦਾ ਕਦੀ ਬੱਕਰੀ ਦੀਆਂ ਮੀਂਗਣਾਂ 'ਤੇ ਕਦੀ ਕੀ ਲੋਕਾਂ ਨੂੰ ਤੂੰ ਗੁਮਰਾਹ ਕਰਦਾ, ਤੇਰੀ ਔਕਾਤ ਦਾ ਸਾਨੂੰ ਪਤਾ, ਔਰ ਕਿਤੇ ਦੋ ਦੋ ਹੱਥ ਕਰਕੇ ਵੇਖਣੇ ਹੋਣ ਅਤੇ ਜਦੋਂ ਮਰਜ਼ੀ ਕਰਕੇ ਵੇਖ ਲਈ। ਆਹ ਪੰਜਾਬ 'ਚੋਂ ਜਿਹੜਾ ਕਲਚਰ ਮੂਸੇ ਵਾਲੀ ਦੀ ਮੌਤ ਦਾ, ਇਹ ਵੀ ਸਾਡਾ ਜੀ ਕਰਦਾ ਇੱਕ ਵਾਰੀ ਕਲੀਅਰ ਹੋ ਕੇ ਲਾਰ ਸਰਾਣੇ ਨਹੀਂ ਮਾਰਿਆ, ਏਜੰਸੀਆਂ ਦਾ ਕੰਮ ਹੈ, ਇਹ ਲੋਕਾਂ ਨੂੰ ਕੁੱਧੂ ਬਣਾ ਰਹੇ ਨੇ ਕਿ ਉਹਨਾਂ ਮਾਰਿਆ ਸਾਡਾ ਹੀਰੇ ਵਰਗਾ ਮੁੰਡਾ ਜਿਹੜਾ ਐਸ ਆਈ ਵਾਲੇ 'ਤੇ ਜੀਤ ਗਾਇਆ। ਸੋ ਅਸੀਂ ਇਹਨਾਂ ਦੇ ਪੰਜਾਬ ਦੇ ਹੱਕਾਂ ਦੇ, ਪੰਜਾਬ ਦੀ ਨੌਜਵਾਨੀ ਦਾ ਇਹਨਾਂ ਗੰਦੇ ਬੰਦਿਆਂ ਤੋਂ ਬਦਲਾ ਲਾਂਗੇ, ਚਾਹੇ ਉਹ ਕੋਈ ਪਾਰਟੀ ਹੋਈ। ਮਾਨ ਸਾਹਿਬ ਹਰੇਕ ਪਾਰਟੀ ਦੇ ਨਾਲ ਖੜ੍ਹੇ ਨੇ। ਸੋ ਸਾਰੇ ਸੰਗਰੂਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ, ਪੰਧੇਰ ਜਾਣ ਵਾਲਿਆਂ ਦਾ, ਖਾਸ ਕਰਕੇ ਜਿੱਥੇ ਸਾਡੀ ਫਾਜ਼ਿਲਕਾ ਵਾਲਿਆਂ ਦੀ ਡਿਊਟੀ ਲੱਗੀ ਸੀ ਨਿਸ਼ਾਨ ਦੀ, ਸਾਰੇ ਦੇ ਸਾਰੇ ਪਿੰਡ ਲੀਡ ਨੇ ਔਰ ਇੱਕ ਰੋਕ ਕੇ ਕਹੇ ਸੀ ਕਿ ਸਾਰੇ ਪਿੰਡ ਲੀਡ ਕਰਨੇ, ਔਰ ਕੋਟ ਦੁੰਨੇ ਵਾਲਿਓ, ਪੰਧੇਰ ਜਾਣ ਵਾਲਿਓ, ਕਿਸੇ ਨੇ ਸਰਪੰਚ ਨੰਬਰਦਾਰ ਕੋਈ ਚੀਜ਼ ਖੜ੍ਹਨੀ ਹੋਵੇ, ਇਹਨਾਂ ਝਾੜੂ ਵਾਲਿਆਂ ਦੀ ਹਿੰਮਤ ਨਹੀਂ ਕਿ ਤੁਹਾਡੀ ਵਾਹ ਲਈ ਵੇਖ ਜਾਣ, ਅੱਧੀ ਰਾਤ ਆਵਾਜ਼ ਮਾਰੋਗੇ, ਅੱਧੀ ਰਾਤ ਤੁਹਾਡੇ ਲਈ ਹਾਜ਼ਰ ਆ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਨ ਸਾਹਿਬ ਹੋਏ ਜੇਤੂ ਹੋਏ ਆ, ਇੱਕ ਖਾਲਸਾ ਸਾਡਾ ਪਹੁੰਚਿਆ ਆ, ਅਤੇ ਸਰਕਾਰ ਨੂੰ ਹੱਥਾਂ ਪੈਰਾਂ 'ਚ ਪੈ ਗਏ, ਤਾਂ ਉਹਨਾਂ ਨੇ ਐਸ ਆਈ ਐਲ ਗਾਣਾ ਵੀ ਬੈਨ ਕਰਵਾਤਾ ਆ, ਇਹ ਵੀ ਸਾਡੇ ਵਾਸਤੇ ਇੱਕ ਜਿੱਤ ਆ ਵੀ ਸਿਰਫ ਇੱਕ ਖਾਲਸਾ ਜਿੱਤ ਕੇ ਗਿਆ ਅਤੇ ਉਹਨਾਂ ਨੂੰ ਪਹਿਲਾਂ ਹੀ ਦੌਰੇ ਪੈਣ ਲੱਗ ਕੇ ਦਿੱਲੀ ਵਾਲੇ ਸਾਰੇ ਇਹਨਾਂ ਦੇ ਦੌਰੇ ਠੀਕ ਕਰਦੇ। ਬਾਬਾ ਤਾਰਾ ਸਿੰਘ ਗੁਰੂ ਘਰ ਦੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਘਰ ਦੇ ਨਾਲ ਹਰ ਟਾਈਮ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਆ। ਜਿੰਨੇ ਵੀ ਇੰਨੇ ਇੱਥੇ ਪਿੰਡਾਂ ਦੇ ਅਤੇ ਸਰਪੰਚ ਸਾਹਿਬ ਸਾਡੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ, ਅਤੇ MLA ਸਾਹਿਬ ਸਾਡੇ ਜਿਹੜੇ ਫਾਜ਼ਿਲਕਾ ਤੋਂ ਖੜ੍ਹੇ ਸੀ, ਚੇਅਰਮੈਨ ਸਾਹਿਬ ਅਤੇ ਹੋਰ ਸਾਰੇ ਜਿੰਨੇ ਵੀ ਆਏ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਖਾਸ ਕਰਕੇ ਮੈਂ ਸੰਗਰੂਰ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿੰਨਾ ਕਿ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਨੂੰ ਮਾਨ ਨੂੰ ਇੰਨੀਆਂ ਵੋਟਾਂ ਨਾਲ ਵੱਧ ਤੋਂ ਵੱਧ ਜਿੱਤ ਦਵਾ ਕੇ, ਸਾਰੀਆਂ ਹੀ ਵਿਰੋਧੀ ਪਾਰਟੀਆਂ ਜਿਹੜੇ ਕਿ ਮੁੱਖ ਮੰਤਰੀ ਸਨ ਉਹਨਾਂ ਦੇ ਮੂੰਹ ਮੋੜ 'ਤੇ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਵਧਾਈ ਦੇ ਪਾਤਰ ਹਾਂ, ਜੋ ਕਿ ਲੰਮੇ ਸਮੇਂ ਤੋਂ ਜੋ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਿਰਮੋਰ ਪਾਰਟੀ, ਸਾਡੇ ਅਤਿ ਸਤਿਕਾਰਯੋਗ ਸਰਦਾਰ ਸਿਮਰਜੀਤ ਸਿੰਘ ਜੀ ਮਾਨ, ਜੋ ਸਾਡੇ ਹੱਕਾਂ ਲਈ ਲੰਮੇ ਸਮੇਂ ਤੋਂ ਲੜ ਰਹੇ, ਅੱਜ ਬੜੇ ਲੰਮੇ ਸਮੇਂ ਤੋਂ ਸੰਗਤਾਂ ਨੇ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਫਿਰ ਦੁਬਾਰਾ ਮਜ਼ਬੂਤ ਕੀਤਾ ਹੈ। ਸੰਗਰੂਰ ਦੀਆਂ ਜਿਮਣੀ ਚੋਣਾਂ ਦੇ ਅੰਦਰ ਆਪਾਂ ਦੇਖਿਆ, ਹਾਲਾਂਕਿ ਹਾਲਾਤ ਬੜੇ ਤਰ੍ਹਾਂ ਦੇ ਸਨ, ਕੁਝ ਲੋਕ ਕੁਝ ਕਹਿੰਦੇ ਸਨ, ਕੁਝ ਕਹਿੰਦੇ ਸਨ, ਪਰ ਸਤਿਗੁਰਾਂ ਨੇ ਕਿਹਾ ਹੈ ਵੀ ਜਿਹਦੇ ਸਿਰ 'ਤੇ ਜਿੱਤ ਦਾ ਤਾਜ ਬਹਿਦਾ ਨਾ, ਰਾਜ ਤਖਤ ਬਹਿ ਤਖਤ ਕੀ ਲਾਏਗਾ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੱਜ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਉਹਨਾਂ ਨੂੰ MP ਦਾ ਤਖਤ ਜਿਹੜਾ ਉਹ ਬਖਸ਼ਿਸ਼ ਕੀਤਾ। ਸਾਰੀਆਂ ਸੰਗਤਾਂ ਮਹਾਂਪੁਰਖਾਂ ਦੇ ਘਰ ਅੰਦਰ ਸ਼ੁਕਰਾਨੇ ਦੀ ਅਰਦਾਸ ਕਰਨ ਵਾਸਤੇ ਪਹੁੰਚੀਆਂ ਨੇ। ਜ਼ਿਲ੍ਹਾ ਪ੍ਰਧਾਨ, ਸਾਬਕਾ ਵਿਧਾਇਕ ਅਤੇ ਹੋਰ ਸੰਗਤਾਂ ਜੋ ਲੰਮੇ ਸਮੇਂ ਤੋਂ ਉਹਨਾਂ ਦੇ ਨਾਲ ਚੱਲ ਰਹੀਆਂ ਨੇ, ਉਹ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚੇ ਨੇ ਭਾਈ। ਨਾਲ ਹੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੀਆਂ ਕਰੀਤੀਆਂ ਸਨ, ਮਾੜੀਆਂ ਪਾਰਟੀਆਂ ਸਨ, ਉਹ ਅੱਜ ਪਿਛਾਂਹ ਹਟ ਚੁੱਕੀਆਂ ਨੇ। ਅੱਜ ਸਾਨੂੰ ਵੀ ਆਪਣੀ ਸੋਚ ਬਦਲਣ ਲਈ ਲੈਣੀ ਚਾਹੀਦੀ ਹੈ, ਕਿਉਂਕਿ ਸੱਚ ਦੇ ਨਾਲ ਹੀ ਜਿਹੜਾ ਹੈ ਉਹ ਜਿਹੜਾ ਸਾਡਾ ਸਵੇਰਾ ਸਾਡਾ ਭਵਿੱਖ ਹੈ ਜਿਹੜਾ ਉਹ ਬਣ ਸਕਦਾ। ਆਪਣੇ ਭਵਿੱਖ ਨੂੰ ਉਜਲਾ ਬਣਾਉਣ ਦੇ ਲਈ
सच दे नाल खड़ोण दी लोड़ है। जिस तरह सरपंच साहब उन्होंने आख्या कि कई धीआं नूं तंग परेशान किया जाता है, कई परिवारां नूं तंग परेशान किया जाता है, इदां दे जिहड़े अत्याचार हो रहे हैं उन्हां नूं रोकण वास्ते भी जिहड़ा है ये प्रबंध किए जाणगे। नाल ही संगतां दा बहुत बहुत धन्नवाद करते हैं। संगरूर दीआं संगतां ने अपने दिल दीआं गहराइआं दे विचों जो सरदार सिमरजीत सिंह जी मान उन्हां दा साथ दे के उन्हां नूं ये ताज बख्शिश किया है। सतगुरां दे घर दे शुकराने की अरदास की गई है। महाराज जी कृपा कर सरदार सिमरजीत सिंह जी मान नूं सुचज्जे ढंग दे नाल सेवा करन दे बल उदम बख्शिश करन दी। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਡੀ ਜਿਹੜੀ ਜ਼ਿਲ੍ਹਾ ਫਾਜ਼ਿਲਕਾ ਦੀ ਯੂਨਿਟ ਹੈ, ਸਾਡੇ ਜ਼ਿਲ੍ਹਾ ਪ੍ਰਧਾਨ ਭਾਈ ਪਰਮਜੀਤ ਸਿੰਘ ਜੀ, ਕਿਸਾਨ ਵਿੰਗ ਦੇ ਪ੍ਰਧਾਨ ਨਿਰਪਾਲ ਸਿੰਘ ਜੀ ਅਤੇ ਹੋਰ ਜਿੰਨੇ ਵੀ ਸਾਡੇ ਮੈਂਬਰ ਪਹੁੰਚੇ ਆ, ਅਸੀਂ ਸਾਰਿਆਂ ਵੱਲੋਂ ਜਥੇਬੰਦਕ ਤੌਰ 'ਤੇ ਸੰਗਰੂਰ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਮਾਨ ਸਾਹਿਬ ਨੂੰ ਜੇਤੂ ਬਣਾਇਆ ਆ। ਅਤੇ ਉਹਨਾਂ ਨੇ ਇਹ ਗੱਲ ਸੱਚ ਕਰ ਦਿੱਤੀ ਆ ਵੀ ਜਿਹੜੀ ਝਾੜੂ ਦੀ ਔਕਾਤ ਹੈ ਉਹ 2.5-3 ਮਹੀਨੇ ਹੀ ਹੁੰਦੀ ਆ, ਅਤੇ ਸੰਗਰੂਰ ਵਾਲਿਆਂ ਨੇ ਆਪ ਪਾਰਟੀ ਨੂੰ ਉਹਨਾਂ ਦੀ ਔਕਾਤ ਯਾਦ ਕਰਾ ਦਿੱਤੀ ਹੈ। ਅਤੇ ਜਿਸ ਸ਼੍ਰੀ ਸਾਹਿਬ ਦੇ ਉੱਤੇ ਮਾਨ ਨੇ ਗੱਲ ਕੀਤੀ ਸੀਗੀ ਵੀ ਅਸੀਂ ਪਿਆਰ ਦੀ ਗੱਲ ਕਰਦੇ ਹਾਂ ਅਤੇ ਉਹ ਤਲਵਾਰਾਂ ਦੀ ਗੱਲ ਕਰਦੇ ਆ, ਅਤੇ ਅਸੀਂ ਉਹਨੂੰ ਚੇਤਾ ਕਰਾਉਣਾ ਚਾਹੁੰਦੇ ਹਾਂ ਵੀ ਇਸੇ ਕਿਰਪਾਨ ਦੇ ਸਿਰ ਦੇ ਉੱਤੇ ਹੀ ਜਿਹੜੇ ਆ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਗਈ ਸੀਗੀ ਅਤੇ ਤੁਸੀਂ ਅੱਜ ਉਹਨਾਂ 'ਤੇ ਹੀ ਬੋਲਣ ਲੱਗ ਗਏ ਹੋ। ਅਤੇ ਅਸੀਂ ਟੋਟਲੀ ਜਿੰਨੇ ਵੀ ਲੋਕ ਨੇ ਸਾਰੀ ਦੁਨੀਆ ਦੇ ਵਿੱਚ ਵੱਸਦੇ ਆ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਵਾਪਸ ਆਓ ਆਪਣੇ ਪੰਜਾਬ ਦੇ ਵਿੱਚ, ਕਿਉਂਕਿ ਜੋ ਸੰਗਰੂਰ ਵਾਲਿਆਂ ਨੇ ਮੋਹਰ ਲਾਈ ਹੈ ਇਹ ਖਾਲਸਾ ਰਾਜ ਦੁਆਰ ਤੋਂ ਨਹੀਂ ਰੱਖਿਆ ਗਿਆ ਆ ਖਾਲਸਾ ਰਾਜ ਦੀ, ਕਿਉਂਕਿ ਕਾਂਗਰਸ ਪਾਰਟੀ ਹੋ ਗਈ ਜਾਂ BJP ਹੋ ਗਈ ਜਾਂ ਆਪ ਪਾਰਟੀ ਹੋ ਗਈ, ਉਹਨਾਂ ਨੇ ਬੜਾ ਕੁਛ ਬੋਲਿਆ ਸੀਗਾ, ਹਿੰਦੂ ਸਿੱਖ ਦਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ, ਮੁਸਲਮਾਨ ਸਿੱਖ ਦਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਮੁਸਲਮਾਨ ਵੀਰਾਂ ਨੇ ਮਲੇਰਕੋਟਲੇ ਦੇ ਵਿੱਚੋਂ ਸਰਦਾਰ ਮਾਨ ਸਾਹਿਬ ਨੂੰ ਲੀਡ ਦਵਾਈ ਆ। ਅਤੇ ਇਹਨਾਂ ਦੇ ਜਿਹੜੇ ਆਪਦੇ ਕੈਬਨਿਟ ਮੰਤਰੀ ਆ ਜਿਨ੍ਹਾਂ ਵਿੱਚ ਤੁਸੀਂ ਮੀਤ ਹੇਅਰ ਲੈ ਲਓ ਜਾਂ ਤੁਸੀਂ ਦਿੜਬੇ ਤੋਂ ਚੀਮਾ ਸਾਹਿਬ ਲੈ ਲਓ ਅਤੇ ਜਾਂ ਤੁਸੀਂ ਭਗਵੰਤ ਮਾਨ ਦਾ ਆਪਦਾ ਪਿੰਡ ਸਤੋਜ ਲੈ ਲਓ, ਹਰ ਥਾਂ ਦੇ ਉੱਤੋਂ ਮਾਨ ਸਾਹਿਬ ਨੂੰ ਲੀਡ ਮਿਲੀ ਹੈ। ਅਤੇ ਅਸੀਂ ਸਾਰਿਆਂ ਦੇ ਸ਼ੁਕਰਗੁਜ਼ਾਰ ਹਾਂ ਵੀ ਜਿਨ੍ਹਾਂ ਨੇ ਮਾਨ ਸਾਹਿਬ ਨੂੰ ਜੇਤੂ ਕਰਕੇ MP ਬਣਾ ਕੇ ਭੇਜਿਆ ਆ, ਅਤੇ ਜੋ ਵੀ ਜ਼ਰੂਰਤਾਂ ਨੇ ਮਾਨ ਦੀਆਂ, ਜੋ ਹੱਕਾਂ ਨੇ ਸਾਡੇ ਪੰਜਾਬ ਦੇ ਹੱਕ ਨੇ, ਉਹ ਮਾਨ ਸਾਹਿਬ ਉੱਥੇ ਲੋਕ ਸਭਾ ਦੇ ਵਿੱਚ ਜ਼ਰੂਰ ਚੱਕਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਾਡੇ ਜ਼ਿਲ੍ਹੇ ਦੀ ਜਥੇਬੰਦੀ ਡਾਕਟਰ ਪਰਮਜੀਤ ਸਿੰਘ ਜੀ, MLA ਸਾਹਿਬ, ਭਾਈ ਨਰਿੰਦਰਪਾਲ ਸਿੰਘ ਜੀ, ਸਾਰਿਆਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਜੋ ਸਾਰੀ ਜਥੇਬੰਦੀ ਸਾਡੀ ਇਕੱਠੀ ਹੋਈ ਹੈ ਇੱਥੇ, ਅਸੀਂ ਖਾਸ ਤੌਰ 'ਤੇ ਸੰਗਰੂਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਾਨ ਸਾਹਿਬ ਨੂੰ ਇੰਨਾ ਵੱਡਾ ਫਤਵਾ ਦਿੱਤਾ ਹੈ, ਜੋ ਕਿ ਲੋਕਾਂ ਨੂੰ ਝਾੜੂ ਵਾਲਿਆਂ ਨੂੰ ਤਾਂ ਇਹ ਲੱਗ ਰਿਹਾ ਸੀ ਵੀ ਹੋ ਸਕਦਾ ਸੀ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ, ਪਰ ਉਹਨਾਂ ਨੇ ਮਾਨ ਸਾਹਿਬ ਨੂੰ ਬਹੁਤ ਹੀ ਵੱਡਾ ਰੋਲ ਅਦਾ ਕਰਨ ਲਈ ਲੋਕ ਸਭਾ 'ਚ ਭੇਜਿਆ ਹੈ। ਸੋ ਉਸ 'ਤੇ ਉਹ ਖਰੇ ਉਤਰਨਗੇ ਪੂਰੇ, ਜੋ ਵੀ ਲੋਕਾਂ ਦੀਆਂ ਮੁਸ਼ਕਲਾਂ ਹੈ, ਜਿਵੇਂ ਕਿ ਦੂਜੀਆਂ ਪਾਰਟੀਆਂ ਕਹਿ ਰਹੀਆਂ ਵੀ ਇਹਨਾਂ ਦੇ ਜਿੱਦਾਂ ਆਪਾਂ ਕਹਿ ਸਕਦੇ ਹਾਂ 7 ਪਹਿਲਾਂ ਆਪਾਂ ਰਾਜ ਸਭਾ 'ਚ ਭੇਜੇ ਸੀ, ਉਹਨਾਂ ਨੇ ਆਪਣਾ ਕੋਈ ਮੁੱਦਾ ਨਹੀਂ ਚੱਕਿਆ, ਜਾ ਕੇ ਉੱਥੇ ਬੱਕਰੀਆਂ ਬਣ ਕੇ ਬਹਿ ਗਏ ਆ, RSS ਦੇ ਕੁੱਤੇ ਬਣ ਕੇ ਬਹਿ ਗਏ ਆ, ਕੋਈ ਵੀ ਬੰਦਾ ਇਹਨਾਂ ਦਾ ਇੱਕ ਵੀ ਪੰਜਾਬ ਦੇ ਮੁੱਦੇ 'ਤੇ ਨਹੀਂ ਬੋਲਿਆ। ਸਾਡੀ ਯੂਨੀਵਰਸਿਟੀ ਅੱਜ ਜਾ ਰਹੀ ਹੈ, ਜਾਂ ਸਾਡੇ ਭਾਖੜਾ ਨੰਗਲ ਡੈਮ ਉਹ ਇਹ ਲੈ ਗਏ, ਜਾਂ ਕਈ ਮੁੱਦੇ SYL ਦਾ ਜੋ ਸਿੱਧੂ ਮੂਸੇਵਾਲਾ ਸਾਹਿਬ ਨੇ ਗਾਣਾ ਗਾ ਕੇ ਲੋਕਾਂ ਨੂੰ ਸੁਚੱਜੇ ਢੰਗ ਦੇ ਨਾਲ ਸਾਡੇ ਸ਼ਹੀਦਾਂ ਦੇ ਬਾਰੇ ਜਾਣਕਾਰੀ ਦਿੱਤੀ ਆ ਇੰਨੀ ਵੱਡੀ। ਸੋ ਨੌਜਵਾਨਾਂ ਨੂੰ ਮੈਂ ਇਹੀ ਬੇਨਤੀ ਕਰੂੰਗਾ ਵੀ ਅੱਗੇ ਤੋਂ ਵੱਧ ਸੁਚੇਤ ਹੋ, ਅਤੇ ਆਪਣੀ ਜੋ ਜਥੇਬੰਦੀ ਆ, ਸਿਰਫ ਇਹੀ ਇੱਕ ਪਾਰਟੀ ਆਪਣੀ ਖੇਤਰੀ ਰਹਿ ਗਈ ਆ ਜੋ ਆਪਾਂ ਨੂੰ ਬਚਾ ਸਕਦੀ ਆ ਆਉਣ ਵਾਲੇ ਸਮਿਆਂ ਦੇ ਵਿੱਚ, ਸਿਰਫ ਆਪਣੇ ਕੋਲ ਇਹੀ ਇੱਕ ਨਿਵੇਕਲਾ ਹੱਲ ਹੈ, ਨਹੀਂ ਤਾਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਆਪਾਂ ਨੂੰ ਕੁਛ ਨਹੀਂ ਦਿੱਤਾ। ਸੋ ਫਿਰ ਮੈਂ ਇੱਕ ਵਾਰੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ।
यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज अजीत।